ਕੁੜੀਆਂ ਨਿਕਲ ਕੇ ਸਵੇਰੇ ਦੀ ਮੈਨੂੰ ਪਰੇਸ਼ਾਨ ਕਰ ਰਹੀ ਹੈ। ਮੈਂ ਇਸ ਨੂੰ ਬੋਲਿਆ ਮੈਂ ਬੈਂਗਲਸ ਲੈਣੀ ਆ, ਕਹਿੰਦੀ ਆ ਮੈਂ ਤੈਨੂੰ ਬਣਾ ਕੇ ਦਿਆਂ, ਪਤਾ ਨਹੀਂ ਕਿਹੜੇ 47 ਦਾ ਪੁਰਾਣਾ ਜਿਹਾ ਕੜਾ ਕੱਢ ਕੇ ਦੇ ਰਹੀ ਹੈ। ਚੁੱਪ ਕਰ ਗਾਈ ਦਰਸ਼ੀ ਨੇ ਚੂੜੀਆਂ ਕੀ ਦੁਕਾਨ ਲਗਾਈ ਦੀ ਹੈ, ਆ ਜਾਓ ਜਿਸਨੇ ਲੈਣੀ ਹਨ। ਮੈਨੂੰ ਪਤਾ ਨਹੀਂ ਕਿੱਥੋਂ ਪੁਰਾਣੀ ਪੁਰਾਣੀ ਚੂੜੀਆਂ ਦੇ ਸੈੱਟ ਬਣਾ ਕੇ ਦੇ ਰਹੀ ਹੈ, ਕਹਿੰਦੀ ਤੂੰ ਪਾ ਲਿਆ। ਗਾਈਸ ਬਤਾਨਾ ਇਹ ਚੂੜੀਆਂ ਕੋ ਪੁਰਾਣੀ ਲੱਗ ਰਹੀ ਹੈ ਨਹੀਂ ਲੱਗ ਰਹੀ ਹੈ। ਇਹ ਕੀ ਕੀਤਾ ਤੂੰ ਨੇ ਹੱਥ ਮੇ ਝੂਠੀ ਆਟਾ ਲੱਗੇ ਦਾ ਕੰਮ ਕਰਨ ਵਾਲੀ ਇਹ ਕੜਾ ਕੀ ਹੈ ਇਹ ਦੇਖ। ਗੁੱਡ ਮਾਰਨਿੰਗ, ਕਿੱਦਾਂ ਤੁਸੀਂ ਸਾਰੇ, ਵੈਲਕਮ ਟੂ ਟੂਡੇਜ਼ ਵਲੋਗ, ਸਵਾਗਤ ਹੈ ਤੁਹਾਡਾ ਸਭ ਦਾ। ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅਤੇ ਕੈਂਟ ਹੋਵੋਗੇ। ਤੁਸੀਂ ਲਾਸਟ ਵਲੋਗ 'ਤੇ ਯਾਰ ਬਹੁਤ ਜ਼ਿਆਦਾ ਪਿਆਰ ਦਿੱਤਾ, ਥੈਂਕ ਯੂ ਸੋ ਮਚ। ਐਕਸਪੈਕਟ ਨਹੀਂ ਕੀਤਾ ਸੀ ਯਾਰ, ਔਰ ਜੋ ਤੁਸੀਂ ਇੰਨੇ ਪਿਆਰੇ ਪਿਆਰੇ ਕਮੈਂਟਸ ਕੀਤੇ ਤੇ ਨੇ ਯਾਰ, ਇਤਨੇ ਲੰਬੇ ਲੰਬੇ ਇਤਨੇ ਪਿਆਰੇ ਕਮੈਂਟਸ ਯਾਰ, ਮੈਂ ਹੋਵਾਂ ਤਾਂ ਮੈਂ ਤਾਂ ਕਦੇ ਨਾ ਕਰਾਂ ਯਾਰ, ਇੰਨਾ ਆਲਸ ਆਉਂਦਾ ਮੈਨੂੰ। ਬਟ ਯਾਰ ਥੈਂਕ ਯੂ ਸੋ ਮਚ, ਤੁਸੀਂ ਆਪਣੀ ਬਲੈਸਿੰਗਸ ਦਿੱਤੀਆਂ, ਆਪਣੇ ਵਿਊਜ਼ ਸ਼ੇਅਰ ਕੀਤੇ, ਬਹੁਤ ਬਹੁਤ ਸ਼ੁਕਰੀਆ। ਸਾਰੇ ਲੋਕਾਂ ਨੇ ਲਿਖਿਆ ਤਾਂ ਵੀ ਸੀ ਕਿ ਨਹੀਂ ਯਾਰ ਤੁਸੀਂ ਦੋ ਵਲੋਗ ਤੇ ਐਟਲੀਸਟ ਦੋ, ਮਤਲਬ ਕਿਹਨੇ ਲਿਖਿਆ ਸੀ ਡੇਲੀ ਦੋ, ਸਾਨੂੰ ਰੋਟੀ ਨਹੀਂ ਹਜ਼ਮ ਹੁੰਦੀ, ਇਹ ਨਹੀਂ ਹੁੰਦਾ ਉਹ ਨਹੀਂ ਹੁੰਦਾ। ਪਰ ਗਾਈਸ ਮੈਨੂੰ ਉਮੀਦ ਹੈ ਤੁਸੀਂ ਸਮਝ ਰਹੇ ਹੋ ਇਸ ਗੱਲ ਨੂੰ, ਮੈਂ ਟਰਾਈ ਕਰਾਂਗੀ ਦੋ ਦਿਨ ਦੀ, ਬਟ ਐਟਲੀਸਟ ਇੱਕ ਤੇ ਦਿਆਂਗੀ। ਹੋ ਗਿਆ ਜਿਸ ਤਰ੍ਹਾਂ ਪਾਕਿਸਤਾਨੀ ਸੀਰੀਅਲਸ ਹੁੰਦੇ ਨੇ ਨਾ, ਹਫ਼ਤੇ ਤੇ ਗਿਆ ਦੋ ਵਾਰੀ ਆਉਂਦੇ ਨੇ, ਲੇਕਿਨ ਵੇਟ ਤੋਂ ਬਾਅਦ ਦੇਖਣ ਦਾ ਮਜ਼ਾ ਵੀ ਅਲੱਗ ਹੁੰਦਾ, ਮੰਨਦੇ ਹੋ ਕਿ ਨਹੀਂ ਇਸ ਕਰਕੇ। ਬਟ ਇੱਕ ਪ੍ਰੋਮਿਸ ਮੈਂ ਤੁਹਾਡੇ ਨਾਲ ਕੀਤਾ ਕਿ ਜੋ ਵਲੌਗ ਰਹੇਗਾ ਉਹ ਅਨਕਟ ਜ਼ਿਆਦਾ ਰੱਖਾਂਗੀ, ਉਹਦੀ ਡਿਊਰੇਸ਼ਨ ਹੈ ਉਹ 20-25 ਮਿੰਟ ਆਰਾਮ ਨਾਲ ਰੱਖਾਂਗੀ, ਆਰਾਮ ਨਾਲ ਦੇਖਿਓ। ਮੈਨੂੰ ਬਹੁਤ ਬਹੁਤ ਅੱਛਾ ਲੱਗਿਆ ਯਾਰ ਕਮੈਂਟਸ ਪੜ੍ਹ ਕੇ, ਐਂਡ ਬਹੁਤ ਦੇਰ ਹੋ ਗਏ ਮੈਂ ਰਿਪਲਾਈ ਨਹੀਂ ਕਰ ਪਾ ਰਹੀ ਤੁਹਾਡੇ ਕਮੈਂਟਸ 'ਤੇ, ਥੋੜ੍ਹਾ ਬਿਜ਼ੀ ਚੱਲ ਰਿਹਾ, ਇੱਕ ਦਿਨ ਕੱਢ ਕੇ ਮੈਂ ਪੂਰਾ ਸਭ ਨੂੰ ਰਿਪਲਾਈ ਕਰ ਦੇਣਾ। ਮੈਂ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਕਿ ਮੈਂ ਇੱਕ ਚੀਜ਼ ਮੰਗਾਈ ਹੈ, ਦੇਖਾਂਗੇ ਉਹ ਵਰਕ ਕਰਦੀ ਹੈ ਕਿ ਨਹੀਂ, ਅਤੇ ਅੱਜ ਉਸਦੀ ਡਿਲੀਵਰੀ ਦੱਸ ਰਿਹਾ, ਆਊਟ ਫੋਰ ਡਿਲੀਵਰੀ ਹੋ ਗਿਆ ਤਾਂ ਐਮਾਜ਼ਨ ਤੋਂ, ਰਾਤ ਨੂੰ ਯੂਜ਼ ਕਰਕੇ ਤੁਹਾਨੂੰ ਦੱਸਾਂਗੇ ਕੱਲ੍ਹ ਕੀ ਰਿਜ਼ਲਟ ਆਉਂਦਾ ਉਸਦਾ, ਠੀਕ ਹੈ, ਸਟੇ ਟਿਊਨਡ। ਫਿਲਹਾਲ ਜੋ ਕੰਮ ਕੰਪਲੀਟ ਕਰਨਾ ਬਸ ਥੋੜ੍ਹਾ ਜਿਹਾ ਹੀ ਰਹਿ ਗਿਆ, ਅਤੇ ਉਸਨੂੰ ਮੈਂ ਕਿਹਾ ਅੱਜ ਦਾ ਦਿਨ ਲਗਾ ਕੇ ਕੰਪਲੀਟ ਕਰ ਦਿੰਦੀ ਹਾਂ, ਅਤੇ ਬੈਠਣ ਲੱਗੀ ਹਾਂ ਲੈਪਟਾਪ 'ਤੇ ਕੰਮ ਕਰਨ ਵਾਸਤੇ, ਅਤੇ ਹੁਣ ਸਿੱਧਾ ਮਿਲਦੇ ਹਾਂ ਲੰਚ ਤੋਂ ਬਾਅਦ। ਲੰਚ ਵਗੈਰਾ ਅਸੀਂ ਕਰ ਲਿੱਤਾ ਸੀ, ਐਂਡ ਅਚਾਨਕ ਪ੍ਰੋਗਰਾਮ ਬਣ ਗਿਆ ਯਾਰ। ਐਕਚੁਅਲੀ ਮੰਮਾ ਪਾਪਾ ਨੇ ਜਾਣਾ ਸੀ ਕਿਸੇ ਕੰਮ ਤੋਂ ਬਾਹਰ, ਅਤੇ ਅਸੀਂ ਸੋਚਿਆ ਕਿ ਯਾਰ ਮੌਸਮ ਵੀ ਅੱਛਾ, ਹਵਾ ਚੱਲ ਰਹੀ ਹੈ, ਬਾਰਿਸ਼ ਆਉਣ ਵਾਲੀ, ਇਸ ਤੋਂ ਅੱਛਾ ਕੀ ਹੋ ਸਕਦਾ। ਅਤੇ ਮੰਮਾ ਪਾਪਾ ਨੂੰ ਬੋਲਿਆ ਕਿ ਤੁਸੀਂ ਸਾਨੂੰ ਗਾਂਧੀ ਨਗਰ ਗੁਰ ਮਾਰਕੀਟ ਡਰੋਪ ਕਰ ਦਿਓ, ਫਿਰ ਉਹ ਮੰਮਾ ਔਰ ਓਕੇ ਉੱਪਰ ਪਾਪਾ ਨਾਲ, ਅਤੇ ਫਿਰ ਆਉਣ ਦੇ ਟਾਈਮ ਮੰਮਾ ਵੀ ਆ ਜਾਣਗੇ, ਸਾਨੂੰ ਜੁਆਇਨ ਕਰ ਲੈਣਗੇ ਮੰਮਾ ਪਾਪਾ, ਠੀਕ ਹੈ। ਅਤੇ ਅੰਦਰ ਮੈਂ ਅਤੇ ਅਰਸ਼ੀ ਕਰਾਂਗੇ ਐਕਸਪਲੋਰ, ਕਿਉਂਕਿ ਅਰਸ਼ੀ ਦੀ ਇੱਕ ਚੀਜ਼ ਰਹਿ ਗਈ ਹੈ, ਅਤੇ ਅੱਜ ਲੈ ਕੇ ਰਾਂਗੇ ਹੋ ਯਾਰ ਗਾਈਸ। ਹੁਣ ਕਿਉਂਕਿ ਮਾਈਂਡ ਵਿੱਚ ਬਣ ਕੇ ਦਾ ਨਾ ਕੀ ਲੈਣਾ, ਪਹਿਲੇ ਪਤਾ ਨਹੀਂ ਸੀ, ਅਸੀਂ ਹਰ ਇੱਕ ਚੀਜ਼ ਦੇਖ ਰਹੇ ਸਾਂ, ਹੁਣ ਇੱਕ ਕੈਟਾਗਰੀ ਦਾ ਪਤਾ ਲੱਗਿਆ, ਉਸਦੇ ਇਰਦ ਗਿਰਦ ਹੀ ਢੂੰਡਾਂਗੇ। ਅਤੇ ਅੰਦਰ ਮੈਂ ਅਤੇ ਅਰਸ਼ੀ ਕਰਾਂਗੇ ਥੋੜ੍ਹਾ ਐਕਸਪਲੋਰ, ਹੋਰ ਵੀ ਜੋ ਸਮਾਨ ਲੈਣਾ ਤੁਹਾਨੂੰ ਵੀ ਨਾਲ ਲੈ ਕੇ ਚੱਲਾਂਗੇ, ਜਿਸ ਜਿਸ ਸਟੋਰ 'ਤੇ ਜਾਵਾਂਗੇ, ਜੋ ਜੋ ਚੀਜ਼ ਅੱਛੀ ਲੱਗੇਗੀ ਨਹੀਂ ਲੱਗੇਗੀ ਉਹ ਤੁਹਾਨੂੰ ਦੱਸਦੇ ਰਹਾਂਗੇ। ਅਤੇ ਲੈਟਸ ਗੋ। ਕੀ ਗਾਈ ਯਾਰ, ਮੌਸਮ ਬਹੁਤ ਸਹੀ ਹੈ ਯਾਰ, ਮੌਸਮ ਤੁਹਾਡਾ ਨਾ ਮੂਡ ਬਣਾ ਦਿੰਦਾ ਘਰੋਂ ਨਿਕਲਣ ਦਾ, ਸਹੀ ਨਹੀਂ ਹੁੰਦਾ, ਆਉਣਾ ਹੀ ਨਹੀਂ ਸੀ ਅਸੀਂ, ਪਹਿਲੇ ਤਾਂ ਸਵੇਰੇ ਧੁੱਪ ਚੜ੍ਹ ਗਈ ਸੀ। ਇੱਥੇ ਪਹੁੰਚੇ ਹਾਂ ਅਸੀਂ, ਗਾਂਧੀ ਨਗਰ ਪਹੁੰਚਣ ਹੀ ਵਾਲੇ ਹਾਂ ਵੈਸੇ, ਨਾਨਕ ਵੱਡਾ ਗੁਰਦੁਆਰਾ ਸਾਹਿਬ ਕ੍ਰੋਸ ਕੀਤਾ। ਪਹੁੰਚ ਗਏ ਇੱਧਰ ਅਪਸਰਾ ਰੋਡ 'ਤੇ, ਅਤੇ ਸਾਨੂੰ ਅੱਗੇ ਡਰੋਪ ਕਰਨਗੇ ਪੂਰੀ ਐਕਸਕਲੂਸਿਵ ਦੇ ਕੋਲ, ਅਤੇ ਫਿਰ ਅੱਗੇ ਨਿਕਲ ਜਾਣਗੇ। ਮੈਂ ਫਿਰ ਸਿੰਦਰ ਉੱਥੇ ਦੇਖਦੇ ਹਨ, ਉਸ ਟਾਈਮ ਜਦੋਂ ਅਸੀਂ ਆਏ ਸਾਂ ਅਸੀਂ ਹੋਰ ਪਰਪਸ ਨਾਲ ਐਕਸਪਲੋਰ ਕੀਤਾ ਸੀ, ਕੁਝ ਹੋਰ ਲੈਣਾ ਸੀ, ਬਟ ਹੁਣ ਥੋੜ੍ਹਾ ਮਾਇੰਡ ਕਿਸੇ ਹੋਰ ਚੀਜ਼ ਦਾ ਬਣਿਆ ਅਤੇ ਸ਼ਾਇਦ ਮਿਲ ਜਾਏ ਕਿਤੇ ਗਾਂਧੀ ਨਗਰ, ਦੇਖਦੇ ਹਾਂ ਇੱਥੇ ਯੂਗਲ ਸੰਸ ਵਗੈਰਾ ਵੀ ਬਣਿਆ, ਅਤੇ ਅਸੀਂ ਆਏ ਹਾਂ ਪੂਰੀ ਐਕਸਕਲੂਸਿਵ। ਚਲੋ ਅਤੇ ਇਹਨਾਂ ਕੋਲ ਹੈ ਅੱਛੇ ਸਨ ਜੋ ਅਸੀਂ ਦੇਖ ਰਹੇ ਸਾਂ, ਪਰ ਪ੍ਰੋਬਲਮ ਉਹੀ ਹੈ ਕਿ ਮਤਲਬ ਕਿਸੇ ਚੀਜ਼ ਦੀ ਕੋਈ ਲੂਜ਼ ਹੈ, ਕੋਈ ਚੀਜ਼ ਸ਼ੋਰਟ ਹੈ, ਅਤੇ ਉਹ ਸਾਨੂੰ ਪ੍ਰੋਬਲਮ ਆ ਰਹੀ ਹੈ ਬਸ। ਛੱਤਰੀ ਹੈ ਨਾ, ਮੰਮਾ ਵੀ ਆ ਜਾਣਗੇ ਥੋੜ੍ਹੀ ਦੇਰ ਤੱਕ। ਬਾਰਿਸ਼ ਨਹੀਂ ਲੱਗੀ ਹੈ, ਸਟੱਕ ਹੋ ਗਿਆ, ਮੈਂ ਕਿਹਾ ਕਿਤੇ ਹੋਰ ਘੁਸ ਜਾਂਦੇ ਨਾ ਕਿਸੇ ਹੋਰ ਸ਼ੋਰੂਮ 'ਤੇ, ਅਤੇ ਟਾਈਮ ਵੇਸਟ ਹੋਏਗਾ। ਅਰਸ਼ੀ ਕਹਿੰਦੀ ਬਾਰਿਸ਼ ਦਾ ਕੁਛ ਫਾਇਦਾ ਚੁੱਕੀ ਹੈ, ਇੱਥੇ ਵੀ ਐਕਸਪਲੋਰ ਕਰ ਲੈਂਦੀ ਹਾਂ ਥੋੜ੍ਹਾ ਬਹੁਤ, ਕਰ ਲੈ। ਮੰਮਾ ਵੀ ਆ ਗਏ, ਮੰਮਾ ਦਾ ਵੀ ਹੋ ਗਿਆ ਕੰਮ, ਪਾਪਾ ਚਲੇ ਗਏ ਨਾ ਮੰਮਾ, ਅਤੇ ਪਾਪਾ ਚਲੇ ਗਏ ਨਾ ਘਰ, ਕਿਉਂਕਿ ਸਾਨੂੰ ਟਾਈਮ ਲੱਗਣਾ ਇੱਥੇ, ਤਾਂ ਅਸੀਂ ਜਾ ਰਹੇ ਹਾਂ ਯੁਗਲ ਸੰਸ ਦੀ ਤਰਫ। ਚਲੋ ਮੰਮਾ, ਬਾਰਿਸ਼ ਲੱਗੀ ਸੀ ਹੁਣ ਘੱਟ ਹੋ ਗਈ ਹੈ, ਚਲੋ ਅੱਛੀ ਗੱਲ ਹੈ ਯਾਰ, ਮੌਸਮ ਠੰਡਾ ਹੋ ਗਿਆ।
ਅਸੀਂ ਪੂਰੀ ਤੋਂ ਸਟਾਰਟ ਕੀਤਾ ਸੀ, ਸਿੱਧਾ ਸਿੱਧਾ ਐਂਡ ਤੇ ਚੱਲੇ ਸਾਂ। ਅੱਜ ਵੀ ਉਹੀ ਪ੍ਰੋਸੈਸ ਫੋਲੋ ਕਰਦੇ ਹਾਂ, ਬਟ ਅੱਜ ਇਹ ਹੈ ਕਿ ਮੌਸਮ ਵਧੀਆ ਅਤੇ ਸ਼ਾਇਦ ਉਹ ਚੀਜ਼ ਮਿਲ ਜਾਏ, ਕਿਉਂਕਿ ਇੰਨੀ ਮੁਸ਼ਕਤ ਨਹੀਂ ਕਰਨੀ ਪਏਗੀ ਮੈਨੂੰ ਲੱਗਦਾ। ਚਲੋ ਦੀਦੀ ਚਾਹ ਪੀਵਾਂਗੇ ਬਾਅਦ ਵਿੱਚ, ਮੌਸਮ ਚੰਗਾ। ਗੂਗਲ ਸੈਂਸ ਤੋਂ ਵੀ ਨਹੀਂ ਮਿਲਿਆ। ਅਰਸ਼ੀ ਦੀਦੀ ਅੱਜ ਕਿਆ ਲੱਗ ਰਿਹਾ, ਬਣੇਗੀ ਚੋਇਸ? ਨਹੀਂ ਪਤਾ ਨਹੀਂ, ਕੁਛ ਖਾਸ ਪਸੰਦ ਨਹੀਂ ਆਇਆ ਇਹਨਾਂ ਕੋਲੋਂ, ਵਰਾਇਟੀ ਨਹੀਂ ਹੈ ਉਸਦੀ, ਘੱਟ ਹੀ ਸਨ, 50-60। ਸਭ ਤੋਂ ਜ਼ਿਆਦਾ ਉਹਦੀ ਵਰਾਇਟੀ ਨਾ, ਮਤਲਬ ਜੋ ਚੀਜ਼ ਲੈਣੀ ਉਹ ਦੀਵਾ ਕੋਲ ਸੀ, ਅਤੇ ਦੇਖਦੇ ਹਾਂ ਪਹਿਲੇ ਬਾਟੀਆ ਸਨ ਚੱਲਦੇ ਹਾਂ, ਫਿਰ ਅੱਗੇ ਦੇਖਾਂਗੇ। ਅਪਸਰਾ ਰੋਡ ਵਿਚਾਰੀ ਗਿੱਲੀ ਗਿੱਲੀ ਹੋ ਗਈ ਹੈ ਬਾਰਿਸ਼ ਦੇ ਨਾਲ। ਚਲੋ ਹੁਣ ਚੱਲਦੇ ਹਾਂ ਬਾਟੀਆ ਸੰਸ, ਅੱਗੇ ਮੋਨਾਲੀਜ਼ਾ ਦੇ ਨਾਲ ਹੀ ਹੈ, ਮੋਨਾਲੀਜ਼ਾ ਵੀ ਚੱਲਾਂਗੇ, ਨਹੀਂ ਪਸੰਦ ਆਇਆ ਤਾਂ ਫਿਰ ਦੀਵਾ ਚੱਲਾਂਗੇ ਅਸੀਂ, ਕਿਉਂਕਿ ਉੱਥੇ ਉਹਨਾਂ ਕੋਲ ਸੀ ਪਰ ਟਾਈਮ ਨਹੀਂ ਸੀ ਸਾਡੇ ਕੋਲ। ਇੱਥੇ ਨਹੀਂ ਆਏ ਅਤੇ ਭਈਆ ਦਾ ਕੁਲਚਾ ਨਹੀਂ ਖਾਇਆ, ਉਸਦਾ ਕੀ ਫਾਇਦਾ? ਤਿੰਨ ਦੋ ਕੁਲਚੇ ਚਨੇ ਵਾਲੇ, ਭਈਆ ਕਹਿੰਦੇ ਬਸ ਥੋੜ੍ਹੇ ਜਿਹੇ ਰਹਿ ਗਏ, ਅੱਧੇ ਘੰਟੇ 'ਤੇ ਖਤਮ ਹੋ ਜਾਣਗੇ। ਮੈਂ ਕਿਹਾ ਦੇ ਦਿਉ, ਫਿਰ ਚੱਲਦੇ ਹਾਂ ਬਾਟੀਆ ਸੰਸ ਦੇ ਪਿੱਧਰ ਹੀ ਹੈ, ਅਤੇ ਮੋਨਾਲੀਜ਼ਾ ਦੇ ਸਾਹਮਣੇ ਹੀ ਖੜ੍ਹੇ ਹੁੰਦੇ ਨੇ, ਉੱਥੇ ਬਣਾਉਂਦੇ। ਇੱਥੋਂ ਵੀ ਨਹੀਂ ਪਸੰਦ ਆਈ, ਚਲੋ ਹੁਣ ਸਾਡੇ ਦੀਵਾ, ਦੀਵਾ ਹੈ ਸਾਡਾ ਬੈਸਟ। ਇਹ ਸੰਸ ਤੋਂ ਵੀ ਨਿਕਲ ਗਏ, ਉੱਥੋਂ ਵੀ ਨਹੀਂ ਕੁਛ ਪਸੰਦ ਆਇਆ, ਜੋ ਪਸੰਦ ਆਇਆ ਬਹੁਤ ਜ਼ਿਆਦਾ ਹੈਵੀ ਹੈ, ਅਤੇ ਲੈਟਸ ਗੋ ਟੂ ਦੀਵਾ, ਕਿਉਂਕਿ ਸਾਨੂੰ ਉੱਥੇ ਕੁਛ ਮਿਲੇਗਾ ਯਾਰ, ਸਾਨੂੰ ਉੱਥੋਂ ਹੀ ਮਿਲਦੀਆਂ ਚੀਜ਼ਾਂ ਪਤਾ ਨਹੀਂ ਕਿਉਂ, ਅਤੇ ਚਲੋ ਫਿਰ ਉੱਥੇ ਚੱਲਦੇ ਹਾਂ। ਇਸ ਮੈਂ ਤੁਹਾਨੂੰ ਪਿਛਲੇ ਵਾਰੀ ਦੱਸਿਆ ਸੀ, ਇੱਥੇ ਬੇਹਲ ਕਲੈਕਸ਼ਨ ਵੀ ਓਪਨ ਹੋਇਆ, ਦੇਖ ਲਓ ਇੱਕ ਵਾਰੀ ਇੱਥੇ ਵੀ। ਅਤੇ ਇਹ ਆ ਗਿਆ, ਇਹੀ ਭਾਲੂ ਹੈ, ਭਾਲੂ ਹੈ ਭਾਲੂ, ਅਤੇ ਇਹੀ ਸ਼ਾਲਾ ਮਾਰ ਵੀ ਹੈ ਜੋ ਮੈਂ ਤੁਹਾਨੂੰ ਦੱਸਿਆ ਸੀ ਬੇਹਲ ਕਲੈਕਸ਼ਨ। ਗਾਈਜ਼ ਇੱਥੇ ਵੀ ਦੇਖ ਲੈਂਦੇ ਹਾਂ, ਇਹ ਆਸਤੇ ਆਸਤੇ ਇਹਨਾਂ ਨੇ ਦੇਖੋ ਗਾਊਨਸ ਵੀ ਇੱਥੇ ਲਿਆ ਦਿੱਤੇ, ਪਿਛਲੇ ਵਾਰ ਜਦੋਂ ਆਏ ਸਨ ਸਿਰਫ ਸੂਟ ਸਨ, ਅਤੇ ਇਹਨਾਂ ਕੋਲ ਮੈਨੂੰ ਫਿਰ ਵੀ ਅੱਛੀ ਲੱਗੀ ਸੀ ਕਲੈਕਸ਼ਨ ਕਾਫੀ। ਅਰਸ਼ੀ ਦੀਦੀ ਹੈ ਨਾ, ਇੱਕ ਵਾਰੀ ਅਸੀਂ ਸੋਚਿਆ ਦੀਵਾ ਤੋਂ ਨਜ਼ਰ ਮਾਰ ਲਈਏ, ਵੈਸੇ ਤਾਂ ਇੱਥੋਂ ਉਸਨੂੰ ਅੱਛੀ ਲੱਗੀ ਹੈ, ਤੁਸੀਂ ਵੀ ਇੱਥੇ ਡੂ ਵਿਜ਼ਿਟ, ਅੱਛੀ ਕਲੈਕਸ਼ਨ ਇਹਨਾਂ ਕੋਲ। ਹਾਂ ਗਾਈਜ਼, ਇਹਨਾਂ ਦੇ ਕੰਪੈਰੇਟਿਵਲੀ ਜੀ ਇਹਨਾਂ ਨੇ ਗਾਂਧੀ ਨਗਰ ਹੀ ਮਤਲਬ ਖੋਲ੍ਹੇ ਦਾ ਆਪਣਾ ਸਟੋਰ, ਬਟ ਉਸ ਅਕੋਰਡਿੰਗ ਰੇਟ ਇਹਨਾਂ ਦੇ ਕਾਫੀ ਅੱਛੇ ਨੇ ਇਨ ਕੰਪੈਰੀਜ਼ਨ ਟੂ ਅਦਰਸ। ਇੱਥੇ ਨਵੀਂ ਸ਼ੌਪ ਓਪਨ ਹੋਈ ਹੈ ਚਾਏ ਦੀ, ਅਤੇ ਮੰਮਾ ਕਹਿੰਦੇ ਚਾਹ ਦਾ ਕੱਪ ਲੈ ਲੈਂਦੇ ਹਾਂ ਫਿਰ ਚੱਲਦੇ ਹਾਂ ਦੀਵਾ, ਅਤੇ ਬੜੇ ਲੋਕ ਸਨ ਯਾਰ, ਬੜੇ ਰਸ਼ ਲੱਗਦਾ ਸੀ, ਸੋਚਿਆ ਚਲੋ ਲੈਟਸ ਟਰਾਈ ਦੀ। ਇਹਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ ਅੱਜ। ਮੰਮਾ ਕੀ ਹੋਇਆ, ਅੱਗੇ ਗਰਮਾ ਗਰਮ ਚਾਏ, ਆਹਾ ਕਿਆ ਬਾਤ ਹੈ, ਮੌਸਮ ਵੀ ਹੈ ਚਾਹ ਪੀਣ ਵਾਲਾ। ਗਾਈਸ ਫਰੈਸ਼ ਹੋ ਗਿਆ, ਮਜ਼ਾ ਆ ਗਿਆ, ਬਹੁਤ ਟੇਸਟੀ ਸੀ। ਹੁਣ ਅਸੀਂ ਮੈਡੋਰ ਲਾਂਗੇ ਤੇ ਸਿੱਧਾ ਉਤਰਾਂਗੇ ਦੀਵਾ। ਜਾ ਬਣਾਈ ਦੀ ਸੀ ਯਾਰ, ਨਵੀਂ ਸ਼ੌਪ ਖੁੱਲੀ ਹੈ, ਚਲੋ ਅੱਛੀ ਗੱਲ ਹੈ, ਹੁਣ ਚੱਲਦੇ ਹਾਂ ਸਿੱਧਾ ਦੀਵਾ। ਲੈਟਸ ਗੋ ਗਾਈਸ, ਇਹ ਕੀ ਹੋ ਗਿਆ ਮੇਰੇ ਫੋਨ ਨੂੰ, ਲੈਟਸ ਗੋ ਇਨਸਾਈਡ। ਜਾ ਗਿਆ ਦੀਵਾ ਤੇ ਹੁਣ ਦੇਖ ਰਹੇ ਹਾਂ, ਅਰਸ਼ੀ ਦੀਦੀ ਤੇ ਆਪੇ ਹੀ ਲੱਗੀ ਹੈ ਦੇਖਣ ਚੀਜ਼ਾਂ, ਦੀਵਾ ਤੇ ਵੀ ਨਹੀਂ ਮਿਲੀ, ਤੇ ਹਾਲੇ ਦੋ ਤਿੰਨ ਦਿਨ ਹੈ, ਸਾਰੇ ਯੂ ਕਹਿ ਰਹੇ ਕਿ ਲੇਟੈਸਟ ਆਦਾ ਹੈਗਾ, ਤੇ ਹੁਣ ਅਸੀਂ ਸੋਚਿਆ ਕਿ ਆਏਦੇ ਹੀ ਆ ਤੇ ਖਾਬ ਵੀ ਦੇਖ ਜਾਂਦੇ ਆ, ਇੱਥੇ ਅੱਗੇ ਹੀ ਹੈ, ਚਲੋ ਅਸੀਂ ਖਾਬ ਤੇ ਹੀ ਸੀ। ਅਰਸ਼ੀ ਦੀਦੀ ਕੰਗਰੈਚੁਲੇਸ਼ਨ ਗਾਈਜ਼, ਫਾਈਨਲੀ ਅਰਸ਼ੀ ਦੀਦੀ ਨੂੰ ਇੱਥੋਂ ਮਿਲ ਗਿਆ ਜੋ ਚਾਹੀਦਾ ਸੀ। ਮੰਮਾ ਨੂੰ ਸੱਚ ਰਿਕਸ਼ੇ ਵਾਲਾ ਨਹੀਂ ਮਿਲੇਗਾ, ਅਰਸ਼ੀ ਦੀਦੀ ਕੰਗਰੈਚ। ਸੋ ਗਾਈਜ਼ ਫਾਈਨਲੀ ਸਾਡੀ ਸਰਚ ਅੱਜ ਰੰਗ ਲਿਆਈ, ਇੰਨੀ ਸਰਚ ਕੀਤੀ, ਅਰਸ਼ੀ ਦੀਦੀ ਪਸੰਦ ਆ ਗਿਆ, ਪਸੰਦ ਆ ਗਿਆ, ਆਲਟਰੇਸ਼ਨ ਵਾਸਤੇ ਦਿੱਤੇ ਦਾ, ਬਟ ਫਾਈਨਲੀ ਅਰਸ਼ੀ ਦੀਦੀ ਨੂੰ ਮਿਲ ਗਿਆ। ਸਿੰਪਲ ਚੀਜ਼ ਚਾਹੀਦੀ ਸੀ ਔਰ ਸਿੰਪਲ ਚੀਜ਼ ਮਿਲ ਗਈ, ਅੱਛੀ। ਠੀਕ ਹੈ ਗਾਈਜ਼, ਇੱਕ ਵਾਰੀ ਅਸੀਂ ਪਹਿਲੇ ਵੀ ਆਏ ਸਾਂ, ਨਹੀਂ ਮਿਲੀ ਸੀ, ਹੁਣ ਮਿਲ ਗਈ, ਚਲੋ ਅੱਛੀ ਗੱਲ ਹੈ, ਅਬ ਠੀਕ ਹੈ ਗਾਈਜ਼, ਆਉਣਾ ਸਫਲ ਰਿਹਾ। ਅੱਜ ਇਹ ਕਿ ਗਾਈਜ਼ ਮੌਸਮ ਬਹੁਤ ਪਿਆਰਾ ਰਿਹਾ, ਮਤਲਬ ਛੱਤਰੀ ਦੀ ਜ਼ਰੂਰਤ ਨਹੀਂ ਪਈ, ਥੋੜ੍ਹੀ ਬਾਰਿਸ਼ ਸੀ, ਪਰ ਬਹੁਤ ਵਧੀਆ ਮੌਸਮ ਰਿਹਾ ਅੱਜ। ਹੁਣ ਰਿਕਸ਼ਾ ਲੈਂਦੇ ਹਾਂ ਸਿੱਧਾ ਘਰ ਤੱਕ। ਚਲੋ ਗਾਈਜ਼ ਅਸੀਂ ਨਿਕਲ ਗਏ ਹਾਂ, ਹੁਣ ਸਿੱਧਾ ਚੱਲਾਂਗੇ, ਕਿੱਧਰ ਜਾਣਾ, ਬੁਟੀਕ? ਹੁਣ ਸਿੱਧਾ ਜਾਵਾਂਗੇ, ਪਹਿਲੇ ਬੁਟੀਕ 'ਚ ਜਾਵਾਂਗੇ ਨਾ।
ਹੁਣ ਸਿੱਧਾ ਚੱਲਦੇ ਹਾਂ ਬੁਟੀਕ ਤੇ। ਹੁਣ ਬਸ ਅਸੀਂ ਪਹੁੰਚ ਗਏ ਹਾਂ ਬੁਟੀਕ ਦੇ ਬਾਹਰ ਤੇ ਚਲੋ ਫਿਰ ਟਰਾਈ ਕਰਕੇ ਦੇਖੀਏ ਸ਼ੂਜ਼ ਵਗੈਰਾ। ਤੇ ਟਰੱਕ ਕੋਲ ਠੀਕ ਹੈ ਤੇ ਆ ਗਈ ਜੀ ਬੁਟੀਕ। ਗਾਈਜ਼ ਹੁਣ ਜਾ ਕੇ ਫ੍ਰੀ ਹੋਏ ਹਾਂ ਬੁਟੀਕ ਤੋਂ, ਦੇਖੋ ਅੰਧੇਰਾ ਹੀ ਹੋ ਗਿਆ ਯਾਰ, ਬਾਰਿਸ਼ ਵੀ ਲੱਗੀ ਹੋਈ ਹੈ ਥੋੜ੍ਹੀ ਥੋੜ੍ਹੀ, ਤਾਂ ਚਲੋ ਪਹਿਲਾਂ ਪਹੁੰਚਦੇ ਹਾਂ ਘਰ। ਗਾਈਜ਼ ਮੈਂ ਥੱਕ ਗਈ ਯਾਰ, ਕੀ ਬਣੇਗਾ ਮੇਰਾ ਹਲੇ। ਮੈਂ ਲੰਚ ਤੋਂ ਬਾਅਦ ਨਿਕਲੀ ਸਾਂ ਤਾਂ ਵੀ ਮੈਨੂੰ ਥਕਾਵਟ ਵਾਲੀ ਫੀਲ ਹੋ ਰਹੀ ਹੈ, ਪਰ ਯਾਰ ਮੌਸਮ ਨੇ ਅੱਜ ਕਮਾਲ ਕਰ ਦਿੱਤਾ। ਹਰ ਵਾਰੀ ਧੋਖਾ ਦਿੰਦਾ ਪਰ ਅੱਜ ਜਿਸ ਤਰ੍ਹਾਂ ਸੀ ਉਸ ਤਰ੍ਹਾਂ ਹੀ ਸੀ ਯਾਰ, ਮਜ਼ਾ ਆ ਗਿਆ। ਬੁਟੀਕ 'ਤੇ ਟਾਈਮ ਲੱਗਿਆ ਯਾਰ, ਕਿਉਂਕਿ ਟਰਾਈ ਕਰਨਾ ਫਿਰ ਉਹ ਕਰਨਾ ਬਹੁਤ ਜ਼ਿਆਦਾ ਝਮਘਟ ਹੁੰਦਾ ਯਾਰ। ਉੱਥੇ ਟਾਈਮ ਲੱਗਿਆ, ਫਿਰ ਆ ਕੇ ਬਸ ਡਿਨਰ ਕੀਤਾ ਅਤੇ ਹੁਣ 9:30 ਹੋਏ ਅਤੇ ਮੈਂ ਕਿਹਾ ਚਲੋ ਜੀ ਵਲੋਗ ਫਿਰ ਤੂੰ ਰਿਜ਼ਿਊਮ ਕਰਦੇ ਹਾਂ। ਰਿਜ਼ਿਊਮ ਕਿਉਂ, ਹੁਣ ਥੋੜ੍ਹੀ ਐਂਡਿੰਗ ਹੀ ਹੁੰਦੀ ਹੈ ਤੁਹਾਨੂੰ ਪਤਾ, ਐਂਡਿੰਗ ਵਾਲਾ ਪਾਰਟ ਹੀ ਆਉਂਦਾ। ਅਤੇ ਮੈਂ ਤੁਹਾਨੂੰ ਸਵੇਰੇ ਬੋਲਿਆ ਸੀ ਕਿ ਇੱਕ ਚੀਜ਼ ਮੰਗਵਾਈ ਸੀ ਮੈਂ ਅਤੇ ਉਹ ਚੀਜ਼ ਡਿਲੀਵਰ ਹੋ ਗਈ ਹੈ, ਅਤੇ ਹੁਣ ਯੂਜ਼ ਕਰਕੇ ਤੁਹਾਨੂੰ ਦੱਸਾਂਗੀ ਕੀ ਚੀਜ਼ ਹੈ ਕੀ ਨਹੀਂ, ਅਤੇ ਸਵੇਰੇ ਉਸਦਾ ਰਿਜ਼ਲਟ ਮਿਲੇਗਾ ਅਤੇ ਲੈਟਸ ਟਰਾਈ ਇਟ। ਫਾਈਨਲੀ ਅਰਸ਼ੀ ਦੀਦੀ ਨੂੰ ਮਿਲ ਗਿਆ। ਅਸੀਂ ਪਹਿਲੇ ਵੀ ਗਏ ਸੀ ਖੁਆਬ, ਤੁਸੀਂ ਵੀ ਰਿਕਮੈਂਡ ਕੀਤਾ ਸੀ, ਲੇਕਿਨ ਉਸ ਟਾਈਮ ਕੁਛ ਹੋਰ ਸੋਚਦਾ ਸੀ ਕਿ ਕੁਛ ਹੋਰ ਲੈਣਾ ਹੈ, ਐਂਡ ਉਸ ਓਰੀਐਂਟਡ ਕੁਛ ਨਹੀਂ ਮਿਲਿਆ ਸੀ, ਬਟ ਹੁਣ ਕੁਛ ਹੋਰ ਸੋਚ ਕੇ ਸੀ ਅਤੇ ਫਾਈਨਲੀ ਮਿਲ ਕੇ ਅਤੇ ਅਰਸ਼ੀ ਦੀਦੀ ਯਾਰ ਬੜੀ ਖੁਸ਼ ਸੀ ਯਾਰ, ਕਹਿੰਦੀ ਫਾਈਨਲੀ ਮੇਰੀ ਸਰਚ ਖਤਮ ਹੋਈ। ਬੇਸਿਕਲੀ ਅਸੀਂ ਮੰਗਵਾਇਆ ਸੀ ਇਹ, ਠੀਕ ਹੈ, ਔਰ ਇਹ ਮਤਲਬ ਬੜੀ ਮੁਸ਼ਕਿਲ ਨਾਲ ਮਿਲਿਆ, ਇੰਡੀਆ ਵਿੱਚ ਅਵੇਲੇਬਲ ਨਹੀਂ ਹੈ, ਬਾਹਰ ਦਾ। ਇੰਡੀਆ ਵਿੱਚ ਜਿਹੜੇ ਅਵੇਲੇਬਲ ਸਾਨੂੰ ਕੰਮ ਦੇ ਨਹੀਂ ਹਨ ਯਾਰ, ਠੀਕ ਹੈ। ਇਹ ਬੇਸਿਕਲੀ ਇੱਕ ਪੈਚ ਹੈ, ਪਿੰਪਲ ਪੈਚ, ਅਤੇ ਹਾਲੇ ਮੈਂ ਇਹਦੀ ਡਿਸਕ੍ਰਿਪਸ਼ਨ ਤੁਹਾਨੂੰ ਕੱਲ੍ਹ ਦਿਆਂਗੀ ਅਗਰ ਇਹ ਕੰਮ ਕਰਦਾ ਹੈ। ਕਰ ਲਿਆ ਹੈ, ਤੁਸੀਂ ਕੀ ਕਰਨਾ, ਪਿੰਪਲ ਨੂੰ ਡਰਾਈ ਕਰ ਲੈਣਾ ਜਿਸ 'ਤੇ ਅਪਲਾਈ ਕਰਨਾ, ਠੀਕ ਹੈ, ਅਤੇ ਹੁਣ ਡੈਟਸ ਅਪਲਾਈਡ। ਇਹ ਪੈਚ ਦੀ ਫੋਰਮ 'ਤੇ ਹੁੰਦੇ ਹਨ ਅਤੇ ਇਸ ਵਿੱਚ 36 ਹਨ, ਅਤੇ ਬਸ ਇਹ ਤੁਸੀਂ ਇੱਕ ਚੁੱਕਣਾ ਹੈ ਜਿੱਥੇ ਪਿੰਪਲ ਹੈ ਉੱਥੇ ਲਗਾ ਦੇਣਾ ਓਵਰਨਾਈਟ। ਫੇਸ ਵਾਸ਼ ਕਰ ਲਿਆ ਅਤੇ ਬਸ ਹੁਣ ਕੁਛ ਨਹੀਂ, ਸਵੇਰੇ ਦੇਖਾਂਗੇ ਰਿਜ਼ਲਟ ਅਗਰ ਕੰਮ ਕਰਦਾ ਤਾਂ ਤੁਹਾਨੂੰ ਫਿਰ ਡਿਟੇਲ ਵੀ ਡਿਸਕ੍ਰਿਪਸ਼ਨ ਦਿਆਂਗੀ, ਠੀਕ ਹੈ। ਅਤੇ ਚਲੋ ਫਿਰ ਅੱਜ ਦਾ ਵਲੌਗ ਇੱਥੇ ਐਂਡ ਕਰਦੇ ਹਾਂ, ਹੋਪ ਤੁਹਾਨੂੰ ਪਸੰਦ ਆਏਗਾ। ਪਸੰਦ ਆਏ ਤਾਂ ਲਾਈਕ, ਸ਼ੇਅਰ, ਕਮੈਂਟ, ਸਬਸਕ੍ਰਾਈਬ, ਸਪੋਰਟ ਕਰਨਾ ਬਿਲਕੁਲ ਨਾ ਭੁੱਲੋ। ਮੈਂ ਨੈਕਸਟ ਵਲੌਗ ਦੇ ਨਾਲ, ਤਦ ਤੱਕ ਲਈ ਖੁਸ਼ ਰਹੀਏ, ਖੁਸ਼ ਰੱਖੀਏ, ਬਾਏ, ਟੇਕ ਕੇਅਰ।